वेलकम बैक मैं मनवीर कौर आज दी वीडियो च आपा गल करंगे मत्तेवाडा जंगल बारे हैशटैग मत्तेवाडा जंगल बचाओ मुहिम ਤੁਸੀਂ سوشل میڈیا ਤੇ ਜਰੂਰ ਦੇਖੀ ਹੋਏਗੀ ਸਕਰੋਲ ਕਰਦੇ ਹੋਏ ਹੋ ਸਕਦਾ ਤੁਸੀਂ ਉਹਦਾ ਹਿੱਸਾ ਵੀ ਬਨੇ ਹੋਵੋ ਅੱਜ ਦੀ ਵੀਡੀਓ ਚ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਮत्तेਵਾੜਾ ਜੰਗਲ ਬਚਾਓ ਵਾਲੀ ਜਿਹੜੀ ਮਹਿਮਿਆ ਉਹ ਹੈ ਕੀ ਚੀਜ਼ ਆ ਜਾਂ ਇਹ ਮत्तेਵਾੜਾ ਜੰਗਲ ਦਾ ਪੂਰਾ ਇਸ਼ੂ ਕੀ ਆ ਕਿੱਥੋਂ ਸਟਾਰਟ ਹੁੰਦਾ ਔਰ ਕਿਉਂ ਇੱਕ ਇਹ ਡਿਸਪਿਊਟ ਬਣ ਗਿਆ ਪਿਛਲੇ 2 ਸਾਲਾਂ ਤੋਂ ਸਰਕਾਰ ਦੇ ਨਾਲ ਜਿਹੜਾ ਲੋਕਾਂ ਦਾ ਚੱਲ ਰਿਹਾ ਆ ਸਭ ਤੋਂ ਪਹਿਲੀ ਇਹ ਦੀ ਜਿਹੜੀ ਹੁੰਦੀ ਹੈ ਹੁੰਦੀ ਹੈ 12 ਜੁਲਾਈ ਦੇ ਨੇੜੇ ਸਾਲ 2020 ਦੇ ਵਿੱਚ ਜਦੋਂ ਕਰੋਨਾ ਵਾਇਰਸ ਲਾਕਡਾਊਨ ਲੱਗਾ ਹੋਇਆ ਸੀ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਸ ਸਮੇਂ ਦੇ ਚੀਫ ਮਿਨਿਸਟਰ ਸੀ ਉਹਨਾਂ ਵੱਲੋਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ 3200 ਕਰੋੜ ਰੁਪਏ ਦੀ ਇੱਕ ਇੰਡਸਟਰੀਅਲ ਇੱਕ ਨਹੀਂ ਬਲਕਿ ਦੋ ਇੰਡਸਟਰੀਅਲ ਪਾਰਕਸ ਜਿਹੜੀਆਂ ਉਹ ਡਿਵੈਲਪ ਕੀਤੀਆਂ ਜਾਣਗੀਆਂ ਇੱਕ ਹੋਏਗੀ ਰਾਜਪੂਰਾ ਦੇ ਕੋਲ ਔਰ ਇੱਕ ਹੋਏਗੀ ਮੱਤੇਵਾੜਾ ਦੇ ਵਿੱਚ ਸੋ ਜਿਹੜਾ ਮੱਤੇਵਾੜਾ ਆ ਮੱਤੇਵਾੜਾ ਆਪਣੇ ਆਪ ਚ ਇੱਕ ਜੰਗਲ ਰੇਂਜ ਆ ਜੰਗਲ ਪ੍ਰੋਪਰ ਉਹ ਫੋਰੈਸਟ ਰੇਂਜ ਆ ਜਿਹਦੇ ਵਿੱਚ ਕਈ ਛੋਟੇ-ਛੋਟੇ ਜੰਗਲ ਆਉਂਦੇ ਨੇ ਉਹ ਜਿਹੜਾ ਮੱਤੇਵਾੜਾ ਜੰਗਲ ਆ ਉਹ অলমোস্ট 45000 কিল্লা তো ਵੀ ਵੱਧ ਏਕੜ ਜਗ੍ਹਾ ਤੋਂ ਫੈਲਿਆ ਹੋਇਆ ਜੰਗਲ ਆ ਸੋ ਇਟਸ ਆ ਇਟਸ ਆ ਹਿਊਜ ਜੰਗਲ ਔਰ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਆ ਆਪਾਂ ਉਹਨੂੰ ਕਹਿ ਸਕਦੇ ਆ ਸੋ ਇਸ ਤੋਂ ਬਾਅਦ ਅਨਾਉਂਸ ਹੁੰਦਾ ਇਹਦੇ ਵਿੱਚ ਕਿ 1000 ਏਕੜ ਦੇ ਕਰੀਬ ਜਗ੍ਹਾ ਜਿਹੜੀ ਆ ਮੱਤੇਵਾੜਾ ਦੇ ਵਿੱਚ ਐਕਵਾਇਰ ਕੀਤੀ ਜਾਏਗੀ ਸਰਕਾਰ ਵੱਲੋਂ ਔਰ ਉੱਥੇ ਇੱਕ ਇੰਡਸਟਰੀਅਲ ਪਾਰਕ ਬਣਾਇਆ ਜਾਏਗਾ ਇੰਡਸਟਰੀਅਲ ਪਾਰਕ ਮਤਲਬ ਕੀ ਇੰਡਸਟਰੀਅਲ ਯੂਨਿਟ ਜਿਹੜੇ ਆ ਉਥੇ ਸਥਾਪਿਤ ਕੀਤੇ ਜਾਣਗੇ ਔਰ ਬਾਅਦ ਵਿੱਚ ਇਹ ਵੀ ਕਲੀਅਰ ਕਰ ਦਿੱਤਾ ਜਾਂਦਾ ਕਿ ਉਥੇ ਕੱਪੜੇ ਦੀ ਫੈਕਟਰੀ ਟੈਕਸਟਾਈਲ ਜਿਹੜੀ ਮਿਲਿਆ ਜਾਂ ਟੈਕਸਟਾਈਲ ਇੰਡਸਟਰੀ ਜਿਹੜੀ ਆ ਉਹ ਉਥੇ ਲਿਆਂਦੀ ਜਾਊਗੀ ਹੁਣ ਅਗਰ ਆਪਾਂ ਮੱਤੇਵਾੜਾ ਜੰਗਲ ਦੇ ਪ੍ਰੋਪਰ ਨਕਸ਼ੇ ਨੂੰ ਦੇਖੀਏ ਤਾਂ ਮੱਤੇਵਾੜਾ ਜੰਗਲ ਦਾ ਹੀ ਮਾਮਲਾ ਇਹ ਇਕੱਲਾ ਨਹੀਂ ਹੈਗਾ ਹਾਂ ਹੈਸ਼ਟੈਗ ਜਾਂ ਪੂਰੀ ਮਹਿਮ ਨੂੰ ਮੱਤੇਵਾੜਾ ਜੰਗਲ ਨਾਲ ਜੋੜ ਕੇ ਵੇਖਿਆ ਜਾਂਦਾ ਪਰ ਇਹ ਨਾਲ ਪਾਣੀ ਦਾ ਵੀ ਮੁੱਦਾ ਹੈ ਪਾਣੀ ਦਾ ਮੁੱਦਾ ਕਿਵੇਂ ਹੈ ਕਿਉਂਕਿ ਮੱਤੇਵਾੜਾ ਜੰਗਲ ਤੋਂ ਪਿੱਛੇ ਤੁਸੀਂ ਦੇਖ ਸਕਦੇ ਹੋ ਸਤਲੁਜ ਵਗਦਾ ਹੈ ਸੋ ਸਤਲੁਜ ਦਾ ਜਿਹੜਾ ਤੁਸੀਂ ਬੰਨ ਹੈ ਉਹ ਐਗਜ਼ੈਕਟਲੀ ਇਸ ਜਿੱਥੇ ਇਹ ਇੰਡਸਟਰੀਅਲ ਪਾਰਕ ਬਣਨ ਦੇ ਲਈ ਜ਼ਮੀਨ ਐਕਵਾਇਰ ਕੀਤੀ ਗਈ ਹੈ ਉਹਦੇ ਬਿਲਕੁਲ ਨਾਲ ਲੱਗਦਾ ਕੁਝ ਕਿਲੋਮੀਟਰ ਤੇ ਸੋ ਇਹਦੇ ਨਾਲ ਕੱਲੇ ਜੰਗਲ ਨੂੰ ਹੀ ਨਹੀਂ ਉਸ ਪਾਣੀ ਨੂੰ ਸਤਲੁਜ ਦੇ ਪਾਣੀ ਨੂੰ ਵੀ ਖਤਰਾ ਪੈਦਾ ਹੋ ਸਕਦਾ ਸੋ ਇਹਨਾਂ ਦੋਨਾਂ ਕਾਰਨਾਂ ਨੂੰ ਨਾਲ ਜੋੜ ਕੇ ਜਿਹੜੇ ਲੋਕ ਆ ਇਹਦਾ ਵਿਰੋਧ ਕਰਦੇ ਆ ਰਹੇ ਲੋਕ ਕੌਣ ਨੇ ਜਿਹੜੇ ਵਿਰੋਧ ਕਰ ਰਹੇ ਨੇ ਉਹਨੇ ਕੁਝ ਐਨਜੀਓਜ਼ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਸੋਸ਼ਲ ਵਰਕਰ ਆਪਾਂ ਕਹਿ ਦਈਏ ਕੁਝ এনवायरमेंट ਨੂੰ ਪਿਆਰ ਕਰਨ ਵਾਲੇ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਥੋੜੇ এনवायरमेंट ਐਨਥੂਸੀਆਸਟ ਜਿਹੜੇ ਐਂਟੀਸੀਪੇਟ ਕਰ ਸਕਦੇ ਆ ਥੋੜੀ ਆਪਣੀ ਸੂਝਵਾਨ ਲੋਕ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਇੰਡਸਟਰੀਅਲ ਪਾਰਕ ਹੈ ਉਹਨਾਂ ਦੀ ਐਂਟੀਸੀਪੇਸ਼ਨ ਹੈ ਕਿ ਇਹ ਨੁਕਸਾਨ ਪਹੁੰਚਾਏਗੀ ਜੰਗਲ ਨੂੰ ਵੀ ਔਰ ਪਾਣੀ ਨੂੰ ਵੀ ਮੱਤੇਵਾੜਾ ਜੰਗਲ ਦੇ ਇਸ ਪ੍ਰੋਪਰ ਇਸ਼ੂ ਨੂੰ ਐਕਸਪਲੇਨ ਕਰਨ ਦੇ ਲਈ ਆਪਣੇ ਕੋਲ ਕਈ ਪੁਆਇੰਟਸ ਨੇ ਜਿਨ੍ਹਾਂ ਦੇ ਵਿੱਚ ਮੈਂ ਇਸ ਮੁੱਦੇ ਨੂੰ ਐਕਸਪਲੇਨ ਕਰ ਸਕਦੀ ਆ ਸੋ ਮੈਂ ਇਹਨੂੰ ਤਿੰਨ ਪੁਆਇੰਟਸ ਦੇ ਵਿੱਚ ਵੰਡਾਂਗੀ ਫਾਰ ਯੂਰ ਅੰਡਰਸਟੈਂਡਿੰਗ ਪਹਿਲਾ ਪੁਆਇੰਟ ਹੈ ਨਾਲ ਜੁੜੇ ਪੁਆਇੰਟਸ ਤੇ ਗੱਲ ਕਰਾਂਗੇ ਦੂਸਰਾ ਹੈਗਾ ਜ਼ਮੀਨਾਂ ਬੇ ਜਿਹੜੇ ਜਿਹੜੇ ਲੋਕ ਬੇਜ਼ਮੀਨੇ ਸੀ ਉਹ ਇਹ ਸ਼ਾਮਲਾੜ ਦੀਆਂ ਜ਼ਮੀਨਾਂ ਤੇ ਖੇਤੀਬਾੜੀ ਕਰਦੇ ਆ ਰਹੇ ਸੀ ਉਹਨਾਂ ਦੇ ਪ੍ਰਸਪੈਕਟਿਵ ਤੋਂ ਤੀਸਰਾ ਹੈਗਾ ਆਪਾਂ ਸਿਆਸੀ ਪ੍ਰਸਪੈਕਟਿਵ ਤੋਂ ਇਸ ਪੂਰੇ ਮੁੱਦੇ ਨੂੰ ਦੇਖਾਂਗੇ ਸਭ ਤੋਂ ਪਹਿਲਾਂ এনवायरमेंट ਦੀ ਗੱਲ ਕਰਦੇ ਹਾਂ এনवायरमेंट ਦਾ ਸਭ ਤੋਂ ਪਹਿਲਾ ਪੁਆਇੰਟ ਤਾਂ ਇਹ ਆਊਗਾ ਕਿ ਆਪਣੇ ਪੰਜਾਬ ਦੇ ਵਿੱਚ 33% ਜੰਗਲ ਹੋਣਾ ਚਾਹੀਦਾ ਔਰ ਆਪਣੇ ਕੋ ਸਿਰਫ 3% ਦੇ ਲਗਭਗ ਜੰਗਲ ਆ ਸੋ ਮੱਤੇਵਾੜਾ ਜਿਹੜਾ ਜੰਗਲ ਆ ਇੱਕ ਬਹੁਤ ਲੌਂਗ ਫੋਰੈਸਟ ਰੇਂਜ ਆ ਸੋ ਉਹਨੂੰ ਬਚਾਉਣਾ ਜਿਹੜਾ ਆ ਉਹ ਜ਼ਰੂਰੀ ਲੱਗਦਾ ਕਿਉਂ ਜ਼ਰੂਰੀ ਲੱਗਦਾ ਕਿਉਂਕਿ ਆਪਣੇ ਕੋਲ ਫੋਰੈਸਟ ਕਵਰ ਪਹਿਲਾਂ ਹੀ ਬਹੁਤ ਘਟ ਹੈ ਦੂਸਰੀ ਗੱਲ ਅਥੇ ਸਰਕਾਰ ਵੱਲੋਂ ਇਹ ਕਿਹਾ ਤਾਂ ਜ਼ਰੂਰ ਜਾ ਰਿਹਾ ਹੈ ਕਿ ਇਹ ਜਿਹੜੀ ਜ਼ਮੀਨ ਹੈ ਇਹ ਜੰਗਲ ਦੀ ਜ਼ਮੀਨ ਨਹੀਂ ਹੈ ਔਰ ਇਹ ਬਿਲਕੁਲ ਸੱਚ ਵੀ ਹੈ ਇਹ ਜ਼ਮੀਨ ਜਿਹੜੀ ਸਰਕਾਰ ਵੱਲੋਂ ਐਕਵਾਇਰ ਕੀਤੀ ਗਈ ਹੈ ਇਹ ਜੰਗਲ ਦੀ ਜ਼ਮੀਨ ਬਿਲਕੁਲ ਨਹੀਂ ਹੈ ਜੰਗਲ ਦੇ ਬਿਲਕੁਲ ਨਾਲ ਲੱਗਦੀ ਹੋਈ ਜ਼ਮੀਨ ਹੈ ਜਿਸ ਜ਼ਮੀਨ ਦਾ ਜਿਹੜਾ ਜਿਹੜੇ ਬਾਰਡਰ ਆ ਉਹ ਜੰਗਲ ਦੇ ਨਾਲ ਲੱਗਦੇ ਨੇ ਔਰ ਨਾਲ ਪਿੱਛੇ ਸਤਲੁਜ ਦਰਿਆ ਦੇ ਉਸ ਬੰਨ ਦੇ ਨੇੜੇ ਜਾ ਕੇ ਲੱਗਦੇ ਨੇ ਸੋ ਇਹਦੇ ਵਿੱਚ ਇੱਕ ਐਂਟੀਸੀਪੇਸ਼ਨ ਹੈ ਕਿ ਜਦੋਂ ਟੈਕਸਟਾਈਲ ਇੰਡਸਟਰੀ ਇੱਥੇ ਆ ਜਾਏਗੀ ਜਾਂ ਕੋਈ ਵੀ ਇੰਡਸਟਰੀ ਇੱਥੇ ਆਉਂਦੀ ਹੈ ਜਿਹੜੀ ਗ੍ਰੀਨ ਇੰਡਸਟਰੀ ਨਹੀਂ ਹੈ ਜਾਂ ਇਕੋ ਫ੍ਰੈਂਡਲੀ ਇੰਡਸਟਰੀ ਨਹੀਂ ਹੋਏਗੀ ਉਹ ਹਰਗਿਜ਼ੀ ਗੱਲ ਹੈ ਜੰਗਲਾਂ ਨੂੰ ਔਰ ਪਾਣੀ ਨੂੰ ਨੁਕਸਾਨ ਪਹੁੰਚਾਏਗੀ ਹੁਣ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਵੀ ਜਿਹੜੀ ਟੈਕਸਟਾਈਲ ਇੰਡਸਟਰੀ ਹੈ ਪਾਣੀ ਨੂੰ ਪੋਲਿਊਟ ਕਰਨ ਦੇ ਲਈ ਸੈਕੰਡ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਪਾਣੀ ਦੇ ਵਿੱਚ ਪ੍ਰਦੂਸ਼ਣ ਫਲਾਉਂਦੀ ਹੈ ਟੈਕਸਟਾਈਲ ਦੀ ਇੰਡਸਟਰੀ ਅਗਰ ਆਪਾਂ ਟੈਕਸਟਾਈਲ ਇੰਡਸਟਰੀ ਨੂੰ ਦੇਖੀਏ ਤਾਂ ਉਹਦੇ ਜਿਹੜੇ ਡਾਈਇੰਗ ਯੂਨਿਟਸ ਹੁੰਦੇ ਆ ਜਾਂ ਜਿਹੜੇ ਉਹਦੇ ਪ੍ਰੋਸੈਸਿੰਗ ਯੂਨਿਟਸ ਹੁੰਦੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਦੀ ਲੋਡ ਹੁੰਦੀ ਆ ਔਰ ਉਸ ਪਾਣੀ ਨੂੰ ਫਰਦਰ ਉਹਦੀ ਨਿਕਾਸੀ ਕਰਨੀ ਉਹਨੂੰ ਫੈਕਟਰੀ ਤੋਂ ਬਾਹਰ ਕਿਤੇ ਸੁੱਟਣਾ ਚਾਹੀਏ ਉਹਦਾ ਟ੍ਰੀਟਮੈਂਟ ਵੀ ਕਰ ਦਿੱਤਾ ਜਾਵੇ ਥੈਨ ਆਲਸੋ ਉਹ ਕਲੀਨ ਨਹੀਂ ਹੁੰਦੀ ਔਰ ਆਪਣੇ ਪੰਜਾਬ ਦੇ ਸਿਸਟਮ ਨੂੰ ਆਪਾਂ ਜਾਣਦੇ ਆ ਉਹਦੀ ਆਪਣੇ ਕੋਈ ਐਗਜ਼ਾਮਪਲ ਹੈਗੀਆ ਬੁੱਢਾ ਨਾਲਾ ਬੁੱਢਾ ਨਾਲਾ ਜਿਹੜਾ ਉਹ ਬੇਸਿਕਲੀ ਜਦੋਂ ਸਤਲੂਜ ਦੇ ਵਿੱਚੋਂ ਨਿਕਲ ਕੇ ਲੁਧਿਆਣੇ ਵਿੱਚੋਂ નીકਲਦਾ ਹੈ ਤਾਂ ਉਹ ਬੁੱਢਾ ਦਰਿਆ ਹੁੰਦਾ ਪਰ ਉਹ ਲੁਧਿਆਣੇ ਦੇ ਵਿੱਚ ਆ ਕੇ ਕਾਲਾ ਹੋ ਜਾਂਦਾ ਔਰ ਉਹ ਬੁੱਢਾ ਨਾਲਾ ਬਣ ਜਾਂਦਾ ਔਰ ਉਹਦੀ ਜਿਹੜੀ ਸਮੱਸਿਆ ਹੈ ਉਹ ਅੱਜ ਦੀ ਨਹੀਂ ਹੈ ਬਹੁਤ ਅੱਜ ਤੋਂ 30 ਸਾਲ ਪੁਰਾਣੀ ਆਲਮੋਸਟ ਉਹ ਸਮੱਸਿਆ ਜਿਹਦੇ ਨਾਲ ਪੰਜਾਬ ਦੀਆਂ ਸਰਕਾਰਾਂ ਔਰ ਪੰਜਾਬ ਦੇ ਜਿਹੜੇ ਸੋਸ਼ਲ ਵਰਕਰ ਆ ਖਾਸ ਤੌਰ ਤੇ ਲੁਧਿਆਣੇ ਦੇ ਲੋਕ ਉਸ ਲਗਾਤਾਰ ਉਹਨੂੰ ਸਾਫ਼ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਕਾਫੀ ਪੈਸਾ ਵੀ ਇਨਵੈਸਟ ਕਰ ਚੁੱਕੇ ਆ ਲੇਕਿਨ ਹਜੇ ਵੀ ਉਹ ਕਲੀਨ ਨਹੀਂ ਹੋ ਪਾ ਰਿਹਾ ਸੋ ਇੱਥੇ ਆ ਕੇ ਜਿਹੜੀ ਉਹ ਸ਼ੰਕਾ ਪੈਦਾ ਹੁੰਦਾ ਕਿ ਇੱਕ ਪਾਸੇ ਤਾਂ ਉਹ ਜਿਹੜਾ ਬੁੱਢਾ ਦਰਿਆ ਸੀ ਜਿਹੜਾ ਬਾਅਦ ਵਿੱਚ ਬੁੱਢਾ ਨਾਲਾ ਬਣ ਗਿਆ ਲੁਧਿਆਣੇ ਦੇ ਵਿੱਚ ਆ ਕੇ ਉਹਦੇ ਸਮੇਂ ਤੇ ਵੀ ਇਹੀ ਕਿਹਾ ਗਿਆ ਸੀ ਕਿ ਇੰਡਸਟਰੀਜ਼ ਡਵੈਲਪ ਹੋਣ ਦੇ ਨਾਲ ਪਾਣੀ ਗੰਦਾ ਨਹੀਂ ਹੋਣ ਦਵਾਂਗੇ ਕਿਉਂਕਿ ਉੱਥੇ ਕਈ ਰੂਲ ਐ ਜਿਹੜੀ ਕੰਪਨੀਆਂ ਫਾਲੋ ਕਰਨਗੀਆਂ ਪਰ ਉਹਨਾਂ ਰੂਲਸ ਦੇ ਬਾਵਜੂਦ ਵੀ ਉਹ ਪਾਣੀ ਇੰਨਾ ਕਿ ਗੰਦਾ ਬੁੱਢੇ ਨਾਲੇ ਦਾ ਹੋ ਗਿਆ ਕਿ ਅੱਜ ਬਹੁਤ ਵੱਡੀ ਸਿਰਦਰਦੀ ਹੈ ਇਹੀ ਚੀਜ਼ ਤੋਂ ਸ਼ੱਕ ਹੁੰਦਾ ਲੋਕਾਂ ਨੂੰ ਕਿ ਅਗਰ ਮੱਤੇਵਾੜਾ ਜੰਗਲ ਦੇ ਨੇੜੇ ਉਹ ਇੰਡਸਟਰੀ ਲਗਾ ਦਿੱਤੀ ਜਾਏਗੀ ਤਾਂ ਸਤਲੂਜ ਦਰਿਆ ਜਿਹੜਾ ਆ ਉਹ ਵੀ ਤਬਾਹ ਹੋ ਜਾਏਗਾ ਉਹ ਸਤਲੂਜ ਦਰਿਆ ਦਾ ਵੀ ਉਹੀ ਹਾਲ ਬਣ ਜਾਏਗਾ ਜਿਹੜਾ ਬੁੱਢੇ ਨਾਲੇ ਦਾ ਬਣਿਆ ਨਾਲ ਹੀ ਜਿਹੜਾ ਮੱਤੇਵਾਲਾ ਜੰਗਲ ਹੈ ਉਹਦੇ ਵਿੱਚ ਆਪਾਂ ਜਾਣਦੇ ਹਾਂ ਹਰ ਇੱਕ ਜੰਗਲ ਦੇ ਵਿੱਚ ਇੱਕ ਕੁਦਰਤੀ ਜਿਹੜੇ ਉੱਥੇ ਜੀਵ ਜੰਤੂ ਰਹਿੰਦੇ ਨੇ ਜਿਹੜੇ ਪੇੜ ਪੌਦੇ ਆ ਉਹਨਾਂ ਨੂੰ ਵੀ ਨੁਕਸਾਨ ਹੋਏਗਾ ਅਗਰ ਉਸ ਜੰਗਲ ਦੇ ਨੇੜੇ ਆਬਾਦੀ ਜ਼ਿਆਦਾ ਵਧੇਗੀ ਜਾਂ ਸੰਨਤ ਜ਼ਿਆਦਾ ਵਧੇਗੀ ਜਾਂ ਕਿਸੇ ਵੀ ਤਰ੍ਹਾਂ ਦਾ ਪੋਲੂਸ਼ਨ ਫੈਲੇਗਾ ਸੋ ਉੱਥੇ ਡਿਸਟਰਬੈਂਸਿਸ ਜਿਹੜੀਆਂ ਆ ਉਹ ਪੈਦਾ ਹੋਣ ਗਿਆ ਜਿਹੜੀ ਉਥੋਂ ਦੀ ਬਾਇਓਡਾਈਵਰਸਿਟੀ ਨੂੰ ਨੁਕਸਾਨ ਹੋਏਗਾ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜਾ ਮੱਤੇਵਾੜਾ ਫੋਰੈਸਟ ਰੇਂਜ ਹੈ ਉਹ ਇੱਕ ਨੈਚੁਰਲ ਕੋਰੀਡੋਰ ਦਾ ਕੰਮ ਕਰਦੀ ਹੈ ਜਿਹੜੀਆਂ ਬਿਗ ਕੈਟਸ ਜਿਹੜੀ ਲੈਪਰਡਸ ਜਾਂ ਚੀਤਾਜ਼ ਵਗੈਰਾ ਇਹਨਾਂ ਦੇ ਕ੍ਰੋਸ ਹੋਣ ਦੇ ਲਈ ਤੂ ਅਨੰਤਪੁਰ ਸਾਹਿਬ ਔਰ ਕਰਤਾਰਪੁਰ ਸਾਹਿਬ ਦੇ ਉੱਪਰਲੇ ਜੰਗਲਾਂ ਦੇ ਵਿੱਚ ਜਾਣ ਲਈ ਇੱਕ ਕੋਰੀਡੋਰ ਦਾ ਕੰਮ ਕਰਦੀ ਜਦੋਂ ਆਪਾਂ ਜੰਗਲ ਨੂੰ ਛੇੜਦੇ ਆਂ ਆ ਸ਼ੁਰੂਆਤ ਵਾਲੇ ਟਾਈਮ ਦੇ ਵਿੱਚ ਫਿਰ ਉਹ ਜਿਹੜੇ ਜੰਗਲੀ ਜਾਨਵਰ ਨੇ ਉਹ ਫਿਰ ਨਿਕਲ ਕੇ ਘਪਰਾਟ ਦੇ ਨਾਲ ਬਾਹਰ ਆ ਕੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਔਰ ਫਸਲਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਸੋ ਇੱਕ ਪਹਿਲਾਂ ਹੀ ਬਹੁਤ ਛੋਟਾ ਏਰੀਆ ਆ ਜੰਗਲ ਦਾ ਪੰਜਾਬ ਦੇ ਕੋਲ ਸੋ ਲੋਕ ਜਿਹੜੇ ਇਨਵੋਲਡ ਆ ਇਸ ਮਹਮ ਦੇ ਵਿੱਚ ਉਹਨਾਂ ਦਾ ਇਹੀ ਕਹਿਣਾ ਕਿ ਉਸ ਜੰਗਲ ਨੂੰ ਨਹੀਂ ਛੇੜਿਆ ਜਾਣਾ ਚਾਹੀਦਾ ਬਿਲਕੁਲ ਵੀ ਅਗਰ ਇੰਡਸਟਰੀ ਡਿਵੈਲਪ ਕਰਨੀ ਆ ਤਾਂ ਉਹ ਤੇ ਵੱਡਾ ਇੰਡਸਟਰੀਅਲ ਪਾਰਕ ਜਿਹੜੀ ਬਣਨੀ ਆ ਉਹਦਾ ਵਿਰੋਧ ਕਰਦਾ ਉਹ ਸੈਕਸ਼ਨ ਉਹ ਹੈ ਜਿਹੜਾ ਜਿਹੜੇ ਉਹ ਜ਼ਮੀਨਾ ਵੋਂਦੇ ਸੀ ਹੁਣ ਪੰਜਾਬ ਸਰਕਾਰ ਨੇ ਇਹ ਪ੍ਰੋਜੈਕਟ ਬਣਾਉਣਾ ਸੀ ਉਹਦੇ ਲਈ ਜ਼ਮੀਨਾ ਐਕਵਾਇਰ ਕੀਤੀਆਂ ਜਿਹੜੀਆਂ ਜ਼ਮੀਨਾ ਐਕਵਾਇਰ ਕੀਤੀਆਂ ਉਹਦੇ ਚੋਂ ਵੱਡਾ ਹਿੱਸਾ ਤਾਂ ਉਹ ਸੀ ਜਿਹੜਾ ਸਰਕਾਰ ਦੇ ਆਪਣੇ ਡਿਪਾਰਟਮੈਂਟ ਦਾ ਸੀ ਪਰ ਇੱਥੇ ਤਿੰਨ ਪਿੰਡ ਸੀ ਜਿਨ੍ਹਾਂ ਪਿੰਡਾਂ ਦੀ ਸ਼ਾਮਲਾਟ ਦੀ ਜਗ੍ਹਾ ਨੂੰ ਐਕਵਾਇਰ ਕਰਨਾ ਪਿਆ ਸ਼ਾਮਲਾਟ ਦੀ ਜਗ੍ਹਾ ਆਪਾਂ ਜਾਣਦੇ ਪਿੰਡਾਂ ਦੀ ਜਗ੍ਹਾ ਹੁੰਦੀ ਆ ਔਰ ਉਹ ਲੋਕਾਂ ਨੂੰ ਖੇਤੀ ਕਰਨ ਦੇ ਲਈ ਦੇ ਦਿੱਤੀ ਜਾਂਦੀ ਹੈ ਜਿਹੜੇ ਬੇਜ਼ਮੀਨੇ ਲੋਕ ਹੁੰਦੇ ਆ ਸੋ ਹੁਣ ਇੱਥੇ ਤਿੰਨ ਪਿੰਡਾਂ ਦੀ ਜ਼ਮੀਨ ਲਈ ਗਈ ਔਰ ਸਭ ਤੋਂ ਵੱਡੀ ਇੱਕ ਪਿੰਡ ਦੀ ਜ਼ਮੀਨ ਲਈ ਗਈ ਜਿਹੜੀ 400 ਏਕੜ ਤੋਂ ਵੀ ਜ਼ਿਆਦਾ ਹੈ ਸੋ ਉੱਥੇ ਲੋਕੋ ਕੰਮ ਕਰਦੇ ਸੀ ਜਿਹੜੇ ਲੈਂਡਲੈਸ ਲੇਬਰ ਕਲਾਸ ਦੇ ਸੀ ਪਰ ਉਹ ਉਸ ਜ਼ਮੀਨ ਤੇ ਕਈ ਸਾਲਾਂ ਤੋਂ ਕਈ ਦਹਾਕਿਆਂ ਤੋਂ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਸੀਗੇ ਉਹ ਖੇਤੀਬਾੜੀ ਕਰਦੇ ਸੀ ਉਹਨਾਂ ਦੇ ਹੱਥੋਂ ਜ਼ਮੀਨ ਲੈ ਲਈ ਗਈ ਆ ਸੋ ਇਹ ਵੀ ਇੱਕ ਕਾਰਨ ਆ ਜਿਹੜੇ ਉੱਥੋਂ ਦੇ ਲੋਗ ਆ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਹੋਣ ਤੇ ਖਤਰਾ ਉਹ ਇੱਕ ਤਰ੍ਹਾਂ ਨਾਲ ਉਹ ਕਹਿੰਦੇ ਵੀ ਅਸੀਂ ਅਸੀਂ ਇਸ ਤੋਂ ਇਲਾਵਾ ਕਿਹੜੇ ਕੰਮ ਚ ਪਾਵਾਂਗੇ ਉਹ ਉਹਨਾਂ ਦੇ ਕੋਲ ਉਹਨਾਂ ਦਾ ਰੋਜ਼ਗਾਰ ਖੋਲਿਆ ਗਿਆ ਔਰ ਉਹਨਾਂ ਦੀ ਪ੍ਰੋਪਰ ਜਿਹੜੀ ਸੈਟਲਮੈਂਟ ਉਹਨਾਂ ਦਾ ਲਾਈਫ ਸਾਈਕਲ ਸੀਗਾ ਉਹ ਡਿਸਟਰਬ ਹੋਇਆ ਇਹਦੇ ਨਾਲ ਤੀਸਰਾ ਪੁਆਇੰਟ ਜਿਹੜਾ ਮੱਤੇਵਾੜਾ ਇੰਡਸਟਰੀਅਲ ਪਾਰਕ ਦੀ ਡਿਵੈਲਪਮੈਂਟ ਦੇ ਵਿਰੁੱਧ ਉਹਨੂੰ ਆਪਾਂ ਸਿਆਸੀ ਕੈਟਾਗਰੀ ਜਿਹੜੀ ਆਪਣਾ ਪੁਆਇੰਟ ਸੀਗਾ ਯਾ ਆਪਾਂ ਕਹਿ ਲਈਏ ਕਿ ਸਿਆਸਤਦਾਨਾਂ ਦੀ ਸ਼ੱਕੀ ਭੂਮਿਕਾ ਵਾਲੀ ਕੈਟਾਗਰੀ ਹੈ ਇਹਨੂੰ ਸਮਝਣਾ ਆਪਣੇ ਲਈ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਜਿਹੜਾ ਪ੍ਰੋਪਰ ਪ੍ਰੋਜੈਕਟ ਸੀਗਾ ਇਹਨੂੰ ਮੂਵ ਕੀਤਾ ਜਾ ਸਕਦਾ ਸੀ ਇਹਦਾ ਹੱਲ ਲੱਭਿਆ ਜਾ ਸਕਦਾ ਸੀ ਪਰ ਉਹ ਸ਼ੱਕੀ ਭੂਮਿਕਾ ਆਪਣੀ ਸਿਆਸਤ ਦੀ ਨੇ ਇਹ ਮੇ ਆਏ 2 ਸਾਲਾਂ ਤੋਂ ਵੱਧ ਸਮੇਂ ਤੋਂ ਚੱਲਦੀ ਆ ਰਹੀ ਔਰ ਸਰਕਾਰ ਵੀ ਬਦਲੀ ਔਰ ਉਹਦੇ ਵਿੱਚ ਆ ਕੇ ਵੀ ਸੇਮ ਉਹੀ ਹਾਲ ਹੋਇਆ ਜਿਹੜਾ ਉਹ ਇਸ ਮੱਤੇਵਾੜਾ ਜੰਗਲ ਬਚਾਓ ਮਹਮ ਦੇ ਲੋਕ ਵੀ ਕਹਿ ਰਹੇ ਨੇ ਕਿ ਨਵੀਂ ਸਰਕਾਰ ਪੁਰਾਣੀ ਨੀਤੀ ਸੋ ਆਪਾਂ ਇਸ ਪ੍ਰੋਪਰ ਮੁੱਦੇ ਨੂੰ ਦੋ ਪੱਖੇ ਦੇ ਵਿੱਚ ਆਣਗੇ ਇਕ ਤਾਂ ਹੋਏਗਾ ਪਿਛਲੀ ਸਰਕਾਰ ਵੇਲੇ ਇੱਕ ਹੈ ਆ ਨਵੀਂ ਸਰਕਾਰ ਵੇਲੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਆਪਣੀ ਜਦੋਂ ਸਰਕਾਰ ਦੇ ਪੱਖ ਤੋਂ ਆਪਾਂ ਇਸ ਮੁੱਦੇ ਨੂੰ ਦੇਖੀਏ ਤਾਂ ਜਿਹੜੀ ਪੰਜਾਬ ਗਵਰਨਮੈਂਟ ਆ ਉਹਦੇ ਸਾਹਮਣੇ ਇੱਕ ਵੱਡਾ ਚੈਲੰਜ ਹੈ ਇੰਡਸਟਰੀ ਨੂੰ ਡਿਵੈਲਪ ਕਰਨਾ ਇੰਡਸਟਰੀ ਆਪਾਂ ਜਾਣਦੇ ਆ ਪੰਜਾਬ ਜਿਹੜਾ ਉਹ ਐਗਰੀਕਲਚਰ ਬੇਸਡ ਇਕਨੋਮੀ ਆ ਸੋ ਇੱਕ ਪੰਜਾਬ ਦੇ ਕਰਜ਼ੇ ਨੂੰ ਲਾਉਣ ਦੇ ਲਈ ਪੰਜਾਬ ਦੀ ਗ੍ਰੋਥ ਵਧਾਉਣ ਦੇ ਲਈ ਇੱਥੇ ਇੰਡਸਟਰੀ ਦਾ ਆਉਣਾ ਬਹੁਤ ਜ਼ਰੂਰੀ ਹੈ ਪੰਜਾਬ 1960ਵੇਂ 70ਵੇਂ 80ਵੇਂ ਔਰ 90ਵੇਂ ਇਦਾਂ ਦਾ ਸਾਲ ਸੀਗੇ ਇਦਾਂ ਦੇ ਦਹਾਕੇ ਸੀ ਜਿੱਥੇ ਪੰਜਾਬ ਚ ਬਹੁਤ ਵੱਡੀ ਇੰਡਸਟਰੀਅਲ ਗ੍ਰੋਥ ਹੋਈ ਡਿਸਪਾਈਟ ਆਫ ਕਿ ਉਸ ਸਮੇਂ ਰੈਡੀਕਲਾਈਜੇਸ਼ਨ ਸੀ ਮਿਲਿਟੈਂਸੀ ਖੜਕੂ ਵੱਧ ਦਾ ਦੌਰ ਆਇਆ ਸੀ ਪਰ ਉਸ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਇੰਡਸਟਰੀ ਦੀ ਗ੍ਰੋਥ ਬਹੁਤ ਜ਼ਿਆਦਾ ਹੋਈ ਪਰ ਉਸ ਤੋਂ ਬਾਅਦ ਐਦਾਂ ਨਹੀਂ ਕੁਝ ਘਟਨਾਵਾਂ ਹੋਈਆਂ ਇਹੋ ਜੀਆਂ ਕੁਝ ਸਰਕਾਰੀ ਨੀਤੀਆਂ ਦੀ ਪ੍ਰੋਬਲਮ ਆਈ ਜਿਹਦੇ ਨਾਲ ਇੰਡਸਟਰੀ ਪੰਜਾਬ ਤੋਂ ਟਿਪਿਕਲੀ ਮੈਂ ਬੋਲਾਂ ਤਾਂ ਭੱਜਣ ਲੱਗੀ ਔਰ ਭੱਜ ਕੇ ਹਰਿਆਣਾ ਹਿਮਾਚਲ ਆਪਣੇ ਨਾਲ ਦੇ ਹੋਰ ਸੂਬਿਆਂ ਦੇ ਵਿੱਚ ਚਲੇਗੀ ਇਵਨ ਆਪਣੇ ਲੁਧਿਆਣਾ ਦੀ ਬਹੁਤ ਇੰਡਸਟਰੀ ਮੱਧਿਆ ਪ੍ਰਦੇਸ਼ ਤੱਕ ਜਾ ਕੇ ਚਲੇਗੀ ਸੋ ਉੱਥੇ ਪੰਜਾਬ ਸਰਕਾਰ ਦੇ ਕੋਲ ਇੱਕ ਵੱਡਾ ਚੈਲੰਜ ਹੈ ਕਿ ਅਸੀਂ ਇੰਡਸਟਰੀ ਨੂੰ ਗਰੋ ਕਰਨਾ ਹੈ ਸੋ ਇੰਡਸਟਰੀ ਨੂੰ ਗਰੋ ਕਰਨ ਦੇ ਲਈ ਜਿਹੜੀ ਨਵੀਂ ਸਰਕਾਰ ਆਈ ਆ ਇਹਨੇ ਵੀ ਉਹ ਪੁਰਾਣੀ ਵਾਲੀ ਨੀਤੀ ਜਿਹੜੀ ਪੁਰਾਣੀ ਸਰਕਾਰ ਨੇ ਮੱਤੇਵਾੜਾ ਦੇ ਵਿੱਚ ਇੰਡਸਟਰੀਅਲ ਪਾਰਕ ਜਿਹੜੀ ਡਿਵੈਲਪ ਕਰਨ ਦੀ ਪਲਾਨਿੰਗ ਸੀ ਉਹਨੂੰ ਹੀ ਕੈਰੀ ਫਾਰਵਰਡ ਕੀਤਾ ਕਰ ਦਿੱਤਾ ਸੋ ਇਹ ਕੈਰੀ ਫੋਰਵਰਡ ਕਰਨਾ ਸਰਕਾਰ ਦੀ ਮਜਬੂਰੀ ਵੀ ਹੈ ਕਿਉਂਕਿ ਜਿਹੜੀ ਟੈਕਸਟਾਈਲ ਇੰਡਸਟਰੀ ਆ ਇਹ ਮੈਂ ਅਗਰ ਲੁਧਿਆਣੇ ਦਾ ਇਤਿਹਾਸ ਇੰਡਸਟਰੀ ਦਾ ਆਪਾਂ ਥੋੜਾ ਜਿਹਾ ਦੇਖੀਏ ਤਾਂ ਲੁਧਿਆਣੇ ਦੇ ਵਿੱਚ 1990 ਤੱਕ ਜਾਂ ਸਾਲ 2000 ਤੋਂ ਬਾਅਦ ਤੱਕ ਵੀ ਬਹੁਤ ਵੱਡੇ ਟੈਕਸਟਾਈਲ ਯੂਨਿਟ ਹੁੰਦੇ ਸੀ ਜਿਵੇਂ ਵਰਦਮਾਨ ਹੋ ਗਿਆ ਜਿਵੇਂ ਕਿ ਨਹਾਰ ਐਂਟਰਪ੍ਰਾਈਜ਼ਸ ਹੋ ਗਿਆ ਹੋਰ ਵੀ ਇਦਾਂ ਦੇ ਬਹੁਤ ਵੱਡੇ ਬ੍ਰਾਂਡ ਜਿਨ੍ਹਾਂ ਨੂੰ ਮੰਨਿਆ ਜਾਂਦਾ ਟੈਕਸਟਾਈਲ ਇੰਡਸਟਰੀ ਦੇ ਵਿੱਚ ਹੁੰਦੇ ਸੀ ਪਰ ਹੌਲੀ-ਹੌਲੀ ਸਾਲ 2005 7 8 ਤੋਂ ਬਾਅਦ ਇਹਨਾਂ ਇੰਡਸਟਰੀ ਇੰਡਸਟਰੀਅਲ ਜਿਹੜੀ ਯੂਨਿਟ ਸੀ ਟੈਕਸਟਾਈਲ ਦੇ ਕੱਪੜੇ ਨਾਲ ਜੁੜੇ ਹੋਏ ਇਹਨਾਂ ਨੇ ਆਪਣੇ ਯੂਨਿਟਸ ਨੂੰ ਕੋਰ ਸਟੇਟਾਂ ਚ ਮੂਵ ਕਰ ਲਿਆ ਜਿਵੇਂ ਮਧਿਆ ਪ੍ਰਦੇਸ਼ ਤੱਕ ਇਹਨਾਂ ਦੇ 40% 50% ਯੂਨਿਟ ਜਿਹੜੇ ਉਹ ਮੂਵ ਹੋ ਚੁੱਕੇ ਆ ਔਰ ਪੰਜਾਬ ਦੇ ਵਿੱਚੋਂ ਲੁਧਿਆਣਾ ਚੋਂ ਆਲਮੋਸਟ ਉਹਨਾਂ ਨੇ ਆਪਣਾ ਕੰਮ ਜਿਹੜਾ ਉਹ ਕਟਾ ਲਿਆ ਇਹਦੇ ਕਰਕੇ ਵੀ ਸਰਕਾਰ ਨੂੰ ਚਿੰਤਾ ਸੀ ਵੀ ਇੱਥੋਂ ਦੇ ਇੰਡਸਟਰੀਅਲਿਸਟ ਪੰਜਾਬ ਤੋਂ ਕਿਉਂ ਜਾ ਰਹੇ ਨੇ ਖੈਰ ਪੰਜਾਬ ਤੋਂ ਇੰਡਸਟਰੀਅਲਿਸਟ ਜਾਣ ਦੇ ਦੋ ਵੱਡੇ ਕਾਰਨ ਨੇ ਪਹਿਲਾ ਕਾਰਨ ਤਾਂ ਸਭ ਤੋਂ ਵੱਡੀ ਕਾਰਨ ਕਰਪਸ਼ਨ ਹੈ ਬਿਊਰੋਕ੍ਰੇਸੀ ਦੇ ਲੈਵਲ ਤੇ ਜਿਹੜੀ ਬਹੁਤ ਵੱਡੀ ਕਰਪਸ਼ਨ ਹੈ ਔਰ ਬਿਊਰੋਕ੍ਰੇਸੀ ਹੀ ਸਭ ਕੁਝ ਹੈਂਡਲ ਕਰਦੀ ਹੈ बिजनेसमੈਨਾਂ ਦੀ ਸੁਣਵਾਈ ਨਹੀਂ ਹੁੰਦੀ ਉਹ ਆਪਣਾ ਇੰਨਾ ਪੈਸਾ ਇਨਵੈਸਟ ਕਰਦੇ ਆ ਪਰ ਉਹਨਾਂ ਤੋਂ ਕਿਸੇ ਮੰਗੇ ਜਾਣਾ ਵਾਲਾ ਟ੍ਰੈਂਡ ਤੁਸੀਂ ਜਾਣਦੇ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਰਿਹਾ ਹੈ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਟੈਕਸਿਸ ਨੀਤੀ ਸੀ ਜਿਹੜੀ ਟੈਕਸ ਦੀ ਨੀਤੀ ਸੀ ਉਹ ਬਹੁਤ ਜ਼ਿਆਦਾ ਮਤਲਬ ਇੱਕ ਤਰ੍ਹਾਂ ਨਾਲ ਮਹਿੰਗੀ ਪੈਂਦੀ ਸੀ ਇੰਡਸਟਰੀਅਲਿਸਟਾਂ ਨੂੰ ਉਦੋਂ ਵੈਟ ਵੀ ਹੁੰਦਾ ਸੀ ਪਲੱਸ ਨਾਲ ਜਿਹੜੀ ਪੰਜਾਬ ਦੀ ਬਿਜਲੀ ਸੀ ਉਹ ਬਿਜਲੀ ਬਹੁਤ ਮਹਿੰਗੀ ਸੀ ਜਿਵੇਂ ਬਾਕੀ ਸੂਬਿਆਂ ਦੇ ਵਿੱਚ ਹਿਮਾਚਲ ਦੇ ਵਿੱਚ 4 ਰੁਪਏ 5 ਰੁਪਏ ਮਿਲਦੀ ਸੀ ਔਰ ਪੰਜਾਬ ਦੇ ਵਿੱਚ 8 ਰੁਪਏ ਮਿਲਦੀ ਸੀ ਉਸ ਸਮੇਂ ਤੇ ਪਰ ਯੂਨਿਟ ਔਰ ਹੁਣ ਤਾਂ ਇਹ ਬਿਜਲੀ ਹੋਰ ਵੀ ਮਹਿੰਗੀ ਸੀ ਪੰਜਾਬ ਇੱਕ ਕਰਜ਼ਾਈ ਸੂਬਾ ਸੀ ਉਹ ਜਿਆਦਾ ਸਬਸਿਡੀਆਂ ਇੰਡਸਟਰੀ ਲਿਸਟਾਂ ਨੂੰ ਨਹੀਂ ਦੇ ਸਕਿਆ ਸੋ ਪੰਜਾਬ ਤੋਂ ਕਾਫੀ ਇੰਡਸਟਰੀ ਚਲੀ ਗਈ ਟੈਕਸਟਾਈਲ ਇੰਡਸਟਰੀ ਦੀ ਇੱਕ ਹੋਰ ਅਥੇ ਮੈਂ ਦੱਸਣਾ ਚਾਹੁੰਦੀ ਹਾਂ ਵੀ ਟੈਕਸਟਾਈਲ ਇੰਡਸਟਰੀ ਨੂੰ ਪਾਣੀ ਦੀ ਜ਼ਰੂਰਤ ਬਹੁਤ ਜ਼ਿਆਦਾ ਹੁੰਦੀ ਆ ਸੋ ਇਸ ਕਰਕੇ ਟੈਕਸਟਾਈਲ ਇੰਡਸਟਰੀ ਦਾ ਪਾਣੀ ਦੇ ਸਰੋਤ ਦੇ ਨੇੜੇ ਲੱਗਣਾ ਬਹੁਤ ਜ਼ਰੂਰੀ ਕਾਰਨ ਆ ਇਸ ਕਰਕੇ ਵੀ ਇੱਕ ਸਰਕਾਰ ਦੀ ਮਤਲਬ ਇੱਕ ਸਟਬਰਨੈਸ ਹੈ ਇੱਕ ਜਿੱਦਪਨ ਹੈ ਕਿ ਮੱਤੇਵਾੜਾ ਜੰਗਲ ਦੇ ਨੇੜੇ ਹੀ ਇੰਡਸਟਰੀਅਲ ਪਾਰਕ ਜਿਹੜੀ ਕੱਪੜੇ ਉਦਯੋਗ ਦੇ ਲਈ ਆਏਗੀ ਉੱਥੇ ਹੀ ਲਗਾਈ ਜਾਵੇਗੀ ਪਰ ਐਟ ਦਾ ਸੇਮ ਟਾਈਮ ਇਹੀ ਪੰਜਾਬ ਸਰਕਾਰ ਫਸ ਜਾਂਦੀ ਆ ਉਹ ਫਸਦੀ ਕਿੱਥੇ ਆ ਕਿ ਅਗਰ ਆਪਾਂ ਸਤਲੁਜ ਦਰਿਆ ਦੇ ਪਾਣੀ ਦੇ ਪ੍ਰਦੂਸ਼ਣ ਦੀ ਕੈਟਾਗਰੀ ਦੇਖੀਏ ਤਾਂ ਉਹਦੀ ਕੈਟਾਗਰੀ E ਕੈਟਾਗਰੀ ਹੈ A B C D E E ਕੈਟਾਗਰੀ ਦਾ ਮਤਲਬ ਇਹ ਹੋ ਗਿਆ ਕਿ ਉੱਥੋਂ ਦਾ ਜਿਹੜਾ ਪਾਣੀ ਹੈ ਉਹ ਬੇਹੱਦ ਪ੍ਰਦੂਸ਼ਿਤ ਪਾਣੀ ਹੈ ਬੇਹੱਦ ਪ੍ਰਦੂਸ਼ਿਤ ਓਵਰ ਪੋਲਿਊਟਡ ਪਾਣੀ ਸੋ ਉਸ ਸਤਲੁਜ ਦਰਿਆ ਦੇ ਪਾਣੀ ਨੂੰ ਜਿਹੜਾ ਆਲਰੇਡੀ ਹੀ ਇੰਨਾ ਗੰਦਾ ਇੰਨਾ ਪ੍ਰਦੂਸ਼ਿਤ ਹੋ ਚੁੱਕਾ ਹੈ ਕੀ ਸਰਕਾਰ ਦੀ ਤਿਆਰੀ ਹੈ ਕਿ ਉਹ ਉੱਥੇ ਟੈਕਸਟਾਈਲ ਇੰਡਸਟਰੀ ਲਗਾ ਕੇ ਉਸ ਪਾਣੀ ਨੂੰ ਹੋਰ ਪੋਲਿਊਟ ਕਰ ਦਿੱਤਾ ਜਾਵੇ ਇੱਕ ਪਾਸੇ ਤਾਂ ਪੰਜਾਬ ਸਰਕਾਰ ਸਤਲੁਜ ਦਰਿਆ ਦਾ ਵਿੱਚ ਜਿਹੜਾ ਪਾਣੀ ਦਾ ਪ੍ਰਦੂਸ਼ਣ ਆ ਉਹਦਾ ਲੈਵਲ ਘਟਾ ਕੇ ਇਹ ਕੈਟਾਗਰੀ ਜਿਹੜਾ ਕਿ ਬਿਲਕੁਲ ਸਾਫ਼ ਪਾਣੀ ਆ ਬੀ ਕੈਟਾਗਰੀ ਜਿਹੜਾ ਮੋਡਰੇਟਲੀ ਪੋਲਿਊਟਡ ਜਾਂ ਮਾਈਲਡ ਪੋਲਿਊਟਡ ਆਪਾਂ ਕਹਿ ਸਕਦੇ ਉਸ ਕੈਟਾਗਰੀ ਤੱਕ ਸਤਲੁਜ ਦਰਿਆ ਦੇ ਪਾਣੀ ਦੀ ਸਫਾਈ ਨੂੰ ਲੈ ਕੇ ਆਉਣਾ ਚਾਹੁੰਦੀ ਆ ਔਰ ਇਹਦੇ ਲਈ ਕਈ ਸੋਸ਼ਲ ਆਰਗੇਨਾਈਜੇਸ਼ਨਸ ਕੰਮ ਵੀ ਕਰ ਰਹੀਆਂ ਔਰ ਦੂਸਰੇ ਪਾਸੇ ਟੈਕਸਟਾਈਲ ਇੰਡਸਟਰੀ ਦਾ ਸੈਟਅਪ ਕਰਨਾ ਤਾਂ ਕਿ ਸਰਕਾਰ ਦਿਖਾ ਸਕੇ ਆਪਣੀ ਅਚੀਵਮੈਂਟ ਕੀ ਉਹਨਾਂ ਨੇ ਇੰਨਾ ਬਾਹਰਲਾ ਪੈਸਾ ਪੰਜਾਬ ਚ ਲੈ ਕੇ ਆਂਦਾ ਔਰ ਔਰ ਲੋਕਾਂ ਨੂੰ ਇਸ ਚੀਜ਼ ਦਾ ਰੋਜ਼ਗਾਰ ਜਿਹੜਾ ਪ੍ਰੋਵਾਈਡ ਕਰਨ ਦਾ ਉਹਨਾਂ ਦਾ ਵਾਅਦਾ ਆ ਉਹ ਵੀ ਪੂਰਾ ਕਰਨਾ ਇਸ ਕਰਕੇ ਸਰਕਾਰ ਤੇ ਇੱਕ ਇਹ ਪ੍ਰੈਸ਼ਰ ਹੈ ਟੂ ਟੂ ਬ੍ਰਿੰਗ ਦਾ ਇੰਡਸਟਰੀ ਔਰ ਦੂਸਰੇ ਪਾਸੇ ਜਿੱਥੇ ਆ ਕੇ ਸਰਕਾਰ ਫਸਦੀ ਹੈ ਉਹ ਹੈਗਾ ਪੰਜਾਬ ਦੇ ਵਾਤਾਵਰਨ ਦੇ ਮੁੱਦੇ ਜਿਹੜੇ ਜੰਗਲ ਔਰ ਪੰਜਾਬ ਦੇ ਪਾਣੀ ਹੈ ਪੰਜਾਬ ਦੀ ਸਿਆਸਤ ਦੀ ਉਹ ਚਾਹੇ ਕਾਂਗਰਸ ਪਾਰਟੀ ਦੀ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਦੀ ਇਹਨਾਂ ਦੋਨਾਂ ਦੀ ਸ਼ੱਕੀ ਭੂਮਿਕਾ ਇਸ ਪ੍ਰੋਜੈਕਟ ਦੇ ਵਿੱਚ ਇੱਕ ਉੱਬਰ ਕੇ ਸਾਹਮਣੇ ਆਉਂਦੀ ਹੈ ਜਿਹਦੇ ਕਰਕੇ ਵੀ ਜਿਹੜੇ ਲੋਕ ਆ ਉਹ ਭਰੋਸਾ ਨਹੀਂ ਜਤਾ پا ਰਹੇ ਹੈਗੇ ਇਹਨਾਂ ਸਰਕਾਰ ਦੇ ਉਹ ਸਰਕਾਰ ਦੀਆਂ ਪਾਲਿਸਿਸ ਦੇ ਉੱਤੇ ਜਦੋਂ ਕਾਂਗਰਸ ਸਰਕਾਰ ਸੀ ਜਦੋਂ ਉਹਨਾਂ ਨੇ ਜ਼ਮੀਨ ਐਕਵਾਇਰ ਕੀਤੀ ਸੀ 2020-21 ਦੇ ਸਮੇਂ 'ਚ ਉਸ ਟਾਈਮ ਜਿਸ ਤੰਗ ਨਾਲ ਜ਼ਮੀਨ ਐਕਵਾਇਰ ਕੀਤੀ ਗਈ ਸੀ ਤਾਂ ਉਸ ਟਾਈਮ ਇਹ ਵੀ ਰਿਪੋਰਟ ਸਾਹਮਣੇ ਆਈਆਂ ਸੀ ਕਿ ਉਸ ਪਿੰਡ ਦੇ ਸਰਪੰਚਾਂ ਪੰਚਾਂ ਗ੍ਰਾਮ ਸਭਾ ਦੇ ਮੈਂਬਰਾਂ ਕੋਲੋਂ ਰਾਤ ਨੂੰ ਉਹਨਾਂ ਨੂੰ ਚੱਕ ਕੇ ਲੈ ਗਏ ਸੀ ਔਰ ਜ਼ਬਰਦਸਤੀ ਸਾਈਨ ਕਰਵਾ ਕੇ ਉਹਨਾਂ ਤੋਂ ਐਗਰੀਮੈਂਟ ਸਾਈਨ ਕਰਵਾ ਲਏ ਸੀ ਔਰ ਇੱਕ ਤਰ੍ਹਾਂ ਦੇ ਨਾਲ ਜਮੀਨ ਨੂੰ ੱੱਕੇ ਦੇ ਨਾਲ ਐਕਵਾਇਰ ਕੀਤਾ ਗਿਆ ਸੀ ਔਰ ਉਹ ਪਿੰਡ ਦੇ ਸਰਪੰਚਾ ਨੇ ਬਾਅਦ ਵਿੱਚ ਮੀਡੀਆ ਦੇ ਵਿੱਚ ਬਿਆਨ ਵੀ ਦਿੱਤੇ ਕਿ ਸਾਡੇ ਨਾਲ ਜ਼ਬਰਦਸਤੀ ਕੀਤੀ ਗਈ ਆ ਸਾਡੇ ਤੋਂ ਝੂਠੇ ਸਾਈਨ ਕਰਵਾਏ ਨੇ ਸਾਨੂੰ ਝੂਠੇ ਇਹ ਲਾਰੇ ਲਾਈ ਨੇ ਸਰਕਾਰ ਨੇ ਕਿ ਤੁਹਾਨੂੰ ਰੋਜ਼ਗਾਰ ਦੇਵਾਂਗੇ ਤੁਹਾਨੂੰ ਸਰਕਾਰੀ ਨੌਕਰੀ ਦੇਵਾਂਗੇ ਤੁਹਾਨੂੰ ਪੈਸੇ ਦੇਵਾਂਗੇ ਵਗੈਰਾ ਵਗੈਰਾ ਪਰ ਹੋਇਆ ਅਸਲ ਦੇ ਵਿੱਚ ਕੁਝ ਵੀ ਨਹੀਂ ਨਾ ਹੀ ਉਹ ਜ਼ਮੀਨ ਐਕਵਾਇਰ ਕੀਤੀ ਦਾ ਕੋਈ ਪੈਸਾ ਪੰਚਾਇਤ ਨੂੰ ਹਜੇ ਤੱਕ ਸਰਕਾਰ ਨੇ ਪਹੁੰਚਾਇਆ ਹੈ ਸੋ ਇਸ ਤੋਂ ਬਾਅਦ ਜਿਹੜੀ ਉਸ ਪਿੰਡ ਦੀਆਂ ਗ੍ਰਾਮ ਸਭਾਵਾਂ ਸੀ ਉਹਨਾਂ ਨੇ ਮਤਾ ਵੀ ਪਾ ਦਿੱਤਾ ਇਸ ਦੇ ਵਿਰੁੱਧ ਕਿ ਅਸੀਂ ਸਰਕਾਰ ਨੂੰ ਉੱਥੇ ਇਹ ਜਿਹੜਾ ਇੰਡਸਟਰੀਅਲ ਪਾਰਕ ਪ੍ਰੋਜੈਕਟ ਹੈ ਨਹੀਂ ਲਿਆਉਣ ਦਵਾਂਗੇ ਉਸ ਦੂਸਰੇ ਪਾਸੇ ਇਹ ਸੀ ਕਾਂਗਰਸ ਸਰਕਾਰ ਦੀ ਇੱਕ ਸ਼ੱਕੀ ਨੀਤੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਦੂਸਰੇ ਪਾਸੇ ਅਗਰ ਆਪਾਂ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਵਿੱਚ ਜਿਹੜੀ ਉਹ ਸ਼ੱਕੀ ਜਿੱਥੇ ਆਪਾਂ ਡਾਊਟਫੁਲ ਹੋ ਸਕਦੇ ਹਾਂ ਉਹਦੀ ਗੱਲ ਕਰੀਏ ਤਾਂ ਉਹ ਇਹ ਹੈ ਵੀ ਜਦੋਂ ਆਮ ਆਦਮੀ ਪਾਰਟੀ ਸੱਤਾ 'ਚ ਨਹੀਂ ਸੀ ਉਸ ਟਾਈਮ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਅੱਜ ਆਪਣੇ ਚੀਫ ਮਿਨਿਸਟਰ ਨੇ ਭਗਵੰਤ ਮਾਨ ਜੀ ਉਹ ਵੀ ਇਸ ਪ੍ਰੋਜੈਕਟ ਦੀ سپورਟ ਦੇ ਵਿੱਚ ਉਹਨਾਂ ਆਰਗੇਨਾਈਜੇਸ਼ਨਸ ਕੋ ਪਹੁੰਚੇ ਜਿਹੜੀਆਂ ਆਰਗੇਨਾਈਜੇਸ਼ਨਸ ਉੱਥੇ ਵਿਰੋਧ ਕਰ ਰਹੀਆਂ ਸੀ ਇਸ ਪ੍ਰੋਜੈਕਟ ਦਾ ਜਿਨ੍ਹਾਂ ਨੇ ਲਗਾਤਾਰ ਆਪਣੀ ਇਹ ਮਹਿਮ ਨੂੰ ਚਲਾਈ ਰੱਖਿਆ ਔਰ ਕਦੀ ਵੀ ਕਦੇ ਵੀ ਉਹਨਾਂ ਨੇ ਕੋਈ ਇਹਦੇ ਚੋ ਲਾਲਚ ਨਹੀਂ ਦਿਖਾਇਆ ਉਹਨਾਂ ਦਾ ਸਿਰਫ ਮੰਤਵ ਇਹੀ ਸੀ ਕਿ এনवायरमेंट ਨੂੰ ਬਚਾਉਣਾ ਹੈ ਜੰਗਲ ਨੂੰ ਬਚਾਉਣਾ ਮੱਥੇਵਾੜਾ ਨੂੰ ਔਰ ਸਸਲੂ ਦੇ ਪਾਣੀ ਨੂੰ ਬਚਾਉਣਾ ਹੈ ਉੱਥੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵੱਡੇ ਲੀਡਰ ਅੱਜ ਦੇ ਸਮੇਂ ਚ ਆਪਾਂ ਨੂੰ ਦਿਖਦੇ ਆ ਸਾਰੇ ਆਲਮੋਸਟ ਉੱਥੇ ਪਹੁੰਚਦੇ ਰਹੇ ਨੇ ਈਵਨ ਆਪਣੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਜੀ ਭਗਵੰਤ ਮਾਨ ਜੀ ਸਰਜੀਤ ਕੌਰ ਮਾਨੂ ਕੇ ਇਸ ਤੋਂ ਇਲਾਵਾ ਹੋਰ ਬਹੁਤ ਨਾਮ ਨੇ ਸੋ ਜਦੋਂ ਇਹ ਆਮ ਆਦਮੀ ਪਾਰਟੀ ਸੱਤਾ 'ਚ ਨਹੀਂ ਸੀ ਤਾਂ ਉਸ ਟਾਈਮ ਇਹ ਮੱਤੇਵਾੜਾ ਜੰਗਲ ਦੇ ਨੇੜੇ ਆਉਣ ਵਾਲਾ ਜਿਹੜਾ ਇੰਡਸਟਰੀਅਲ ਪ੍ਰੋਜੈਕਟ ਆ ਉਹਦੀ ਉਹਦੇ ਖਿਲਾਫ ਸੀ ਪਰ ਜਦੋਂ ਇਹ ਸੱਤਾ ਦੇ ਵਿੱਚ ਆ ਗਿਆ ਤਾਂ ਆਮ ਆਦਮੀ ਪਾਰਟੀ ਉਹ ਪਾਰਟੀ ਆ ਉਹ ਚੀਫ ਮਿਨਿਸਟਰ ਉਹੀ ਭਗਵੰਤ ਮਾਨ ਜੀ ਅੱਜ ਇਸ ਪ੍ਰੋਜੈਕਟ ਦਾ ਨਾਮ ਥੋੜਾ ਜਿਹਾ ਬਦਲ ਕੇ ਇਸ ਪ੍ਰੋਜੈਕਟ ਨੂੰ ਕੈਰੀ ਫੋਰਡ ਕੈਰੀ ਫੋਰਵਰਡ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹੀ ਉਹਨਾਂ ਨੇ ਆਰੰਭ ਦਿੱਤੀਆਂ ਆਮ ਆਦਮੀ ਪਾਰਟੀ ਦੀ ਨੀਤੀ ਦਾ ਫਰਕ ਜਦੋਂ ਉਹਨਾਂ ਦੇ ਕੋਲ ਸੱਤਾ ਨਹੀਂ ਸੀ ਤਾਂ ਉਸ ਪ੍ਰੋਜੈਕਟ ਦੇ ਵਿਰੁੱਧ ਸੀ ਔਰ ਬਾਅਦ ਵਿੱਚ ਉਹਨਾਂ ਕੋਲ ਸੱਤਾ ਆ ਗਈ ਔਰ ਉਹੀ ਪ੍ਰੋਜੈਕਟ ਨੂੰ ਉਹ ਬਹੁਤ ਵੱਧ ਛੜ ਕੇ ਕਰਨਾ ਚਾਹੁੰਦੇ ਨੇ ਸੋ ਇਹ ਜਿਹੜੀ ਚੀਜ਼ ਆ ਇਹ ਸਿੱਧੀ ਜੀ ਗੱਲ ਹੈ ਸਿਆਸਤਦਾਨਾਂ ਦੀ ਸ਼ੱਕੀ ਭੂਮਿਕਾ ਹੈ ਮੱਤੇਵਾਲਾ ਜੰਗਲ ਹੋ ਗਿਆ ਪੰਜਾਬ ਦੇ ਪਾਣੀਆਂ ਦੇ ਮੁੱਦੇ ਹੋ ਗਏ ਜਾਂ ਕੋਈ ਵੀ ਐਦਾਂ ਦੀ ਮਹਿੰਮ ਚੱਲਦੀ ਹੋਵੇ ਜਿਹੜੀ ਲੋਕਾਂ ਨਾਲ ਜੁੜੀ ਹੋਵੇ ਜਾਂ ਜਿਹਦੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਣ ਉੱਥੇ ਸਿਆਸਤਦਾਨ ਜਿਹੜੇ ਆ ਉਹ ਰੰਗ ਬਦਲ ਕੇ ਪਹੁੰਚ ਹੀ ਜਾਂਦੇ ਨੇ ਸਿਰਫ ਵੋਟਾਂ ਵਟੋਰਨ ਦੇ ਲਈ ਜਾਂ ਸਿਰ ਝੂਠੇ ਜਿਹੇ ਵਾਅਦੇ ਕਰਨ ਦੇ ਲਈ ਪਰ ਜਦੋਂ ਸੱਤਾ ਚਾਹੁੰਦੇ ਨੇ when they are in power when they are sitting on a constitutional chair ਆਪਣੇ ਇੱਕ ਬਹੁਤ ਵੱਡੇ ਸੰਵਿਧਾਨਿਕ ਅਹੁਦੇ ਤੇ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਆ ਉਹਨਾਂ ਦੀ ਅਪਰੋਚ ਆ ਉਹ ਬਦਲ ਜਾਂਦੀ ਆ ਸੋ ਏ ਸੀ ਸਾਰਾ ਮੱਤੇਵਾੜਾ ਦਾ ਇਸ਼ੂ ਜਿਹੜਾ ਇੱਕ ਜੰਗਲ ਨੂੰ ਬਚਾਉਣ ਦੀ ਇੱਕ ਇਦਾਂ ਇੱਕ ਐਂਟੀਸੀਪੇਸ਼ਨ ਦੇ ਵਿੱਚੋਂ ਸ਼ੁਰੂ ਹੋਇਆ ਜਿੱਥੇ ਕੁਝ ਲੋਕਾਂ ਨੇ ਐਂਟੀਸੀਪੇਟ ਕੀਤਾ ਉਹਨਾਂ ਨੇ ਸੰਭਾਵਨਾ ਲਗਾਈ ਹੈ ਕਿ ਅਗਰ ਇੱਥੇ ਇੰਡਸਟਰੀਅਲ ਪਾਰਕ ਆਏਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੰਗਲ ਨੂੰ ਵੀ ਖਤਰਾ ਪੈਦਾ ਹੋਏਗਾ ਔਰ ਨਾਲ ਪਾਣੀ ਜਿਹੜਾ ਸਤਲੂਜ ਦਾ ਉਹਨੂੰ ਵੀ ਖਤਰਾ ਪੈਦਾ ਹੋਏਗਾ ਪਰ ਐਟ ਦ ਸੇਮ ਟਾਈਮ ਇਹ ਜਿਹੜੀ ਮਹਮਾ ਇਹ ਇੰਡਸਟਰੀਜ਼ ਦੇ ਖਿਲਾਫ ਨਹੀਂ ਹੈ ਸੋ ਮੈਂ ਇੱਥੇ ਸੋਲੂਸ਼ਨ ਵੀ ਖਾਸ ਦੇਣਾ ਚਾਹੁੰਦੀ ਹਾਂ ਜੋ ਮੈਂ ਰਿਸਰਚ ਕਰਦੇ ਅਲੱਗ-ਅਲੱਗ ਸੋਰਸਸ ਚੋਂ ਮੈਨੂੰ ਪਤਾ ਲੱਗ ਸਕਿਆ ਕਿ ਇੰਡਸਟਰੀ ਦੇ ਖਿਲਾਫ ਇਹ ਬਿਲਕੁਲ ਵੀ ਮਹਮ ਨਹੀਂ ਹੈ ਇੰਡਸਟਰੀ ਪੰਜਾਬ 'ਚ ਆਉਣੀ ਚਾਹੀਦੀ ਹੈ ਪਰ ਜੰਗਲ ਦੇ ਨੇੜੇ ਹੀ ਕਿਉਂ ਹੋਰ ਵੀ ਬਹੁਤ ਜ਼ਮੀਨਾਂ ਪੰਜਾਬ ਦੇ ਵਿੱਚ ਇਦਾਂ ਦੀਆਂ ਨੇ ਜਿੱਥੇ ਇੰਡਸਟਰੀ ਬਣਾਈ ਜਾ ਸਕਦੀ ਆ ਬਹੁਤ ਐਦਾਂ ਦੇ ਜ਼ਿਲ੍ਹੇ ਨੇ ਲੁਧਿਆਣੇ ਤੋਂ ਇਲਾਵਾ ਜਿੱਥੇ ਬਹੁਤ ਬੈਕਵਰਡ ਜ਼ਿਲ੍ਹੇ ਨੇ ਜਿੱਥੇ ਇਹ ਇੰਡਸਟਰੀ ਜਾਵੇ ਤਾਂ ਉੱਥੇ ਰੋਜ਼ਗਾਰ ਮਿਲੇਗਾ ਔਰ ਖਾਲੀ ਪਈਆਂ ਜ਼ਮੀਨਾਂ ਦੀ ਵਧੀਆ ਵਰਤੋਂ ਹੋ ਸਕੇਗੀ ਬੰਜਰ ਜ਼ਮੀਨਾਂ ਨੇ ਬਹੁਤ ਜਿੱਥੇ ਜਾ ਕੇ ਯੂਜ਼ ਕੀਤਾ ਜਾ ਸਕਦਾ ਔਰ ਇਸ ਤੋਂ ਇਲਾਵਾ ਗਰ ਲੁਧਿਆਣੀ ਛਿਲਗਾਣੀ ਤਾਂ ਲੁਧਿਆਣਾ ਦੇ ਵਿੱਚ ਹੀ ਇਨ ਇਟਸੈਲਫ देयर ਆਰ ਮੈਨੀ ਅਨਯੂਟਿਲਾਈਜ਼ਡ ਇੰਡਸਟਰੀ ਯੂਨਿਟਸ ਮਤਲਬ ਇਦਾਂ ਦੇ ਕਈ ਇੰਡਸਟਰੀ ਦੇ ਸੈਟਅਪ ਆ ਜਿਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਸੋ ਉਹਨਾਂ ਨੂੰ ਵੀ ਵਰਤੋਂ ਚ ਲਿਆਇਆ ਜਾ ਸਕਦਾ ਔਰ ਉੱਥੇ ਇਸ ਇੰਡਸਟਰੀ ਨੂੰ ਫਿੱਟ ਕੀਤਾ ਜਾ ਸਕਦਾ ਥੈਂਕ ਯੂ ਸੋ ਮੱਚ ਫॉर ਵਾਚਿੰਗ